ਟੈਨਸ਼ਨਾਂ 'ਚ ਪਈਆਂ ਨੇ ਸਰਕਾਰਾਂ, ਖਬਰਾਂ ਨਾਲ ਭਰੀਆਂ ਨੇ ਅਖਬਾਰਾਂ। ਟੈਂਪੂ ਦੀ ਹੁਣ ਖੈਰ ਨਹੀਂ, ਬੰਬੇ ਦੀਆਂ ਸੜਕਾਂ ਉੱਤੇ ਨਾਟ 11। ਸਭ ਡਰਦੇ ਆ ਅੰਜਾਮ ਤੋਂ, ਬਸ ਅਸਲੇ ਸੁਬਹਾ ਸ਼ਾਮ ਤੋਂ। ਉਹ ਤੈਨੂੰ ਜਿਹੜੇ ਲੱਗਦੇ ਕੈਂਟ ਵਾਲੇ ਮਿੱਠਿਆ, ਥਰ ਥਰ ਕੰਬਦੇ ਆ ਮੇਰੇ ਨਾਮ ਤੋਂ। ਚੜ੍ਹਾਈ ਹੈ, ਅੱਗ ਲਾਈ ਹੈ, ਸਿੱਧੇ ਸ਼ਬਦਾਂ 'ਚ ਪੁੱਛੇ ਤਾਂ ਤਬਾਹੀ ਹੈ। ਤੇਰੀ ਗਲੀ ਜਾਂ ਮੁਹੱਲੇ ਇਹ ਤਾਂ ਹੈ ਹੀ ਨਹੀਂ, ਇਹ ਪੰਜਾਬ ਤੋਂ ਮੂਸੇ ਵਾਲਾ ਬਾਈ ਹੈ। ਪੁੱਠਾ ਪੈੜਾ ਏ, ਮਾੜਾ ਖੈੜਾ ਏ, ਉਹ ਮਾਲਵੇ ਦਾ ਜੱਟ ਜੱਟ ਵੈੜਾ ਏ। ਬਾਲੀਵੁੱਡ ਦੀ ਕਮੇਡੀ ਵਾਲਾ ਸੀਨ ਨਹੀਂ, ਗੋਲੀ ਮੱਥੇ ਵਿੱਚ ਮਾਰੇ ਬੜਾ ਪੈੜਾ ਏ। ਉਹ ਜੇਲ੍ਹ ਬ੍ਰੇਕ ਹੈ, ਉਹ ਬੜੇ ਵੇਖੇ ਹੈ, ਹੱਥ ਵੈਰੀਆਂ ਦੇ ਸਿਵਿਆਂ 'ਚ ਸੇਕੇ ਹੈ। ਸਿੱਧੂ ਮੂਸੇਵਾਲਾ ਮੌਤ ਤੋਂ ਬਾਅਦ ਵੀ ਹਰ ਇੱਕ ਦੇ ਦਿਲ ਉੱਤੇ ਰਾਜ ਕਰ ਰਿਹਾ ਹੈ ਅਤੇ ਸਿਵਿਆਂ 'ਚੋਂ ਵੀ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਹਰ ਕੋਈ ਉਸਦੇ ਨਵੇਂ ਗੀਤਾਂ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦੀ ਇੱਕ ਝਲਕ ਦੇਖਣ ਨੂੰ ਮਿਲੀ ਹੈ। ਹਾਲ ਹੀ ਵਿੱਚ ਰੈਪਰ ਡਿਵਾਈਨ ਨੇ ਆਪਣੇ ਲਾਈਵ ਸ਼ੋਅ ਵਿੱਚ ਸਿੱਧੂ ਦਾ ਅਨਰਿਲੀਜ਼ਡ ਗੀਤ ਚਲਾਇਆ, ਜਿਸ ਦੇ ਬੋਲ ਇੱਕਦਮ ਧਮਾਕੇਦਾਰ ਨੇ। ਸਿੱਧੂ ਮੂਸੇਵਾਲਾ ਅਤੇ ਡਿਵਾਈਨ ਦੇ ਇਸ ਗੀਤ ਦਾ ਨਾਮ ਹੈ ਚੋਰਨੀ, ਜਿਸ ਦੀ ਝਲਕ ਡਿਵਾਈਨ ਨੇ ਆਪਣੇ ਲਾਈਵ ਸ਼ੋਅ ਵਿੱਚ ਦਿਖਾਈ। ਦੱਸ ਦਈਏ ਕਿ ਇਹ ਟਰੈਕ 2021 ਵਿੱਚ ਬਣਾਇਆ ਗਿਆ ਸੀ। ਇਹ ਟਰੈਕ ਡਿਵਾਈਨ ਵੱਲੋਂ ਆਪਣੀ ਐਲਬਮ ਗੁਨੇਗਾਰ ਵਿੱਚ ਸ਼ਾਮਿਲ ਕੀਤਾ ਗਿਆ ਸੀ, ਪਰ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਨੇ ਇਸ ਟਰੈਕ ਨੂੰ ਨਾਟ 11 ਨੂੰ ਸ਼ਰਧਾਂਜਲੀ ਵਜੋਂ ਵੱਖਰੇ ਤੌਰ ਉੱਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ, ਜਿਸ ਦੀ ਪਰਮਿਸ਼ਨ ਵੀ ਮੂਸੇਵਾਲਾ ਦੇ ਮਾਪਿਆਂ ਵੱਲੋਂ ਰੈਪਰ ਡਿਵਾਈਨ ਨੂੰ ਦੇ ਦਿੱਤੀ ਗਈ ਸੀ। ਟੈਨਸ਼ਨਾਂ 'ਚ ਪਈਆਂ ਨੇ ਸਰਕਾਰਾਂ, ਖਬਰਾਂ ਨਾਲ ਭਰੀਆਂ ਨੇ ਅਖਬਾਰਾਂ। ਟੈਂਪੂ ਦੀ ਹੁਣ ਖੈਰ ਨਹੀਂ, ਬੰਬੇ ਦੀਆਂ ਸੜਕਾਂ ਉੱਤੇ ਨਾਟ 11। ਸਭ ਡਰਦੇ ਆ ਅੰਜਾਮ ਤੋਂ, ਬਸ ਅਸਲੇ ਸੁਬਹਾ ਸ਼ਾਮ ਤੋਂ। ਉਹ ਤੈਨੂੰ ਜਿਹੜੇ ਲੱਗਦੇ ਕੈਂਟ ਵਾਲੇ ਮਿੱਠਿਆ, ਥਰ ਥਰ ਕੰਬਦੇ ਆ ਮੇਰੇ ਨਾਮ ਤੋਂ। ਚੜ੍ਹਾਈ ਹੈ, ਅੱਗ ਲਾਈ ਹੈ, ਸਿੱਧੇ ਸ਼ਬਦਾਂ 'ਚ ਪੁੱਛੇ ਤਾਂ ਤਬਾਹੀ ਹੈ। ਤੇਰੀ ਗਲੀ ਜਾਂ ਮੁਹੱਲੇ ਇਹ ਤਾਂ ਹੈ ਹੀ ਨਹੀਂ, ਇਹ ਪੰਜਾਬ ਤੋਂ ਮੂਸੇ ਵਾਲਾ ਬਾਈ ਹੈ। ਪੁੱਠਾ ਪੈੜਾ ਏ, ਮਾੜਾ ਖੈੜਾ ਏ, ਉਹ ਮਾਲਵੇ ਦਾ ਜੱਟ ਜੱਟ ਵੈੜਾ ਏ। ਬਾਲੀਵੁੱਡ ਦੀ ਕਮੇਡੀ ਵਾਲਾ ਸੀਨ ਨਹੀਂ, ਗੋਲੀ ਮੱਥੇ ਵਿੱਚ ਮਾਰੇ ਬੜਾ ਪੈੜਾ ਏ। ਉਹ ਜੇਲ੍ਹ ਬ੍ਰੇਕ ਹੈ, ਉਹ ਬੜੇ ਵੇਖੇ ਹੈ, ਹੱਥ ਵੈਰੀਆਂ ਦੇ ਸਿਵਿਆਂ 'ਚ ਸੇਕੇ ਹੈ। ਸਿੱਧੂ ਮੂਸੇਵਾਲਾ ਮੌਤ ਤੋਂ ਬਾਅਦ ਵੀ ਹਰ ਇੱਕ ਦੇ ਦਿਲ ਉੱਤੇ ਰਾਜ ਕਰ ਰਿਹਾ ਹੈ ਅਤੇ ਸਿਵਿਆਂ 'ਚੋਂ ਵੀ ਨਿੱਤ ਨਵੇਂ ਰਿਕਾਰਡ ਬਣਾ ਰਿਹਾ ਹੈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਵੀ ਹਰ ਕੋਈ ਉਸਦੇ ਨਵੇਂ ਗੀਤਾਂ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰਦਾ ਹੈ। ਅਤੇ ਹੁਣ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਦੀ ਇੱਕ ਝਲਕ ਦੇਖਣ ਨੂੰ ਮਿਲੀ ਹੈ। ਹਾਲ ਹੀ ਵਿੱਚ ਰੈਪਰ ਡਿਵਾਈਨ ਨੇ ਆਪਣੇ ਲਾਈਵ ਸ਼ੋਅ ਵਿੱਚ ਸਿੱਧੂ ਦਾ ਅਨਰਿਲੀਜ਼ਡ ਗੀਤ ਚਲਾਇਆ, ਜਿਸ ਦੇ ਬੋਲ ਇੱਕਦਮ ਧਮਾਕੇਦਾਰ ਨੇ। ਸਿੱਧੂ ਮੂਸੇਵਾਲਾ ਅਤੇ ਡਿਵਾਈਨ ਦੇ ਇਸ ਗੀਤ ਦਾ ਨਾਮ ਹੈ ਚੋਰਨੀ, ਜਿਸ ਦੀ ਝਲਕ ਡਿਵਾਈਨ ਨੇ ਆਪਣੇ ਲਾਈਵ ਸ਼ੋਅ ਵਿੱਚ ਦਿਖਾਈ। ਦੱਸ ਦਈਏ ਕਿ ਇਹ ਟਰੈਕ 2021 ਵਿੱਚ ਬਣਾਇਆ ਗਿਆ ਸੀ। ਇਹ ਟਰੈਕ ਡਿਵਾਈਨ ਵੱਲੋਂ ਆਪਣੀ ਐਲਬਮ ਗੁਨੇਗਾਰ ਵਿੱਚ ਸ਼ਾਮਿਲ ਕੀਤਾ ਗਿਆ ਸੀ, ਪਰ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਨੇ ਇਸ ਟਰੈਕ ਨੂੰ ਨਾਟ 11 ਨੂੰ ਸ਼ਰਧਾਂਜਲੀ ਵਜੋਂ ਵੱਖਰੇ ਤੌਰ ਉੱਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ, ਜਿਸ ਦੀ ਪਰਮਿਸ਼ਨ ਵੀ ਮੂਸੇਵਾਲਾ ਦੇ ਮਾਪਿਆਂ ਵੱਲੋਂ ਰੈਪਰ ਡਿਵਾਈਨ ਨੂੰ ਦੇ ਦਿੱਤੀ ਗਈ ਸੀ।